ਚਿੜੀ ਤੁਹਾਨੂੰ ਦਿਖਾ ਦਈਏ ਕਿ ਇਹ ਹਾਈਵੇ ਜਿਹੜਾ ਜਾ ਰਿਹਾ ਇਹ ਅੰਬਾਲਾ ਵੱਲ ਦੇ ਜਾ ਰਿਹਾ ਜਿਹੜਾ ਕਿ 50 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਦੂਜੀ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਹਾਈਵੇ ਜਾ ਰਿਹਾ ਖਰੜ ਵੱਲ ਨੂੰ ਜਿਹੜਾ ਕਿ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਗੱਲ ਕਰਾਂਗੇ ਇਸ ਰੋਡ ਬਾਰੇ ਗੱਲ ਕਰਾਂਗੇ ਕਿ ਇਸ ਰੋਡ ਦੀ ਕਿੰਨੀ ਮਾੜੀ ਕੰਡੀਸ਼ਨ ਹੈ ਤੁਸੀਂ ਸੋਚਦੇ ਹੋਵੋਗੇ ਕਿ ਸੜਕਾਂ ਤਾਂ ਬਹੁਤ ਟੁੱਟੀਆਂ ਹੁੰਦੀਆਂ ਨੇ ਤੁਹਾਨੂੰ ਆਦਤ ਹੋਏਗੀ ਉਹਨਾਂ ਸੜਕਾਂ ਤੇ ਜਾਣ ਦੀ ਲੇਕਿਨ ਤੁਹਾਨੂੰ ਦੱਸ ਦਈਏ ਇਹ ਕੋਈ ਆਮ ਸੜਕ ਨਹੀਂ ਹੈ ਇਹ ਸੜਕ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਿਕ ਗੁਰਦੁਆਰਾ ਚੱਪੜ ਚਿੜੀ ਵੱਲ ਨੂੰ ਜਾਣ ਵਾਲੀ ਸੜਕ ਇੱਥੋਂ ਗੁਰਦੁਆਰਾ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਹੈ ਸਰ ਕੀ ਕਹਿਣਾ ਤੁਹਾਡਾ ਇਸ ਰੋਡ ਬਾਰੇ ਜਿਹੜਾ ਇੰਨਾ ਟੁੱਟਿਆ ਹੋਇਆ ਰੋਡ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਰੈਜ਼ੀਡੈਂਟ ਹਾਂ 116 ਦਾ ਮੈਂ ਇੱਥੇ ਨਾਲ ਅਪਾਰਟਮੈਂਟ ਹੈ ਉੱਥੇ ਰਹਿੰਦਾ ਇੱਕ ਮੇਰਾ ਛੋਟਾ ਜਿਹਾ ਸਕੂਲ ਵੀ ਹੈ ਇੱਥੇ ਨਾਲ ਇਹ ਰੋਡ ਜਿਹੜੀ ਜਾਂਦੀ ਹੈ ਇਟ ਲੀਡਸ ਟੂ 3 ਸਕੂਲਸ DPS ਮੋਹਾਲੀ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ MCD ਸਕੂਲ ਐਂਡ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਹੈ ਉਹ ਵੀ ਇਸੇ ਰੋਡ ਤੋਂ ਜਾਂਦਾ ਐਂਡ ਸਾਰੇ ਰੈਜ਼ੀਡੈਂਟਸ ਨੂੰ ਆਈ ਥਿੰਕ ਮੈਨੂੰ ਲੱਗਦਾ ਕਿ ਰੋਜ਼ 5 ਤੋਂ 10 ਹਜ਼ਾਰ ਸਟੂਡੈਂਟ ਇੱਥੋਂ ਜਾਂਦਾ ਹੋਏਗਾ ਸਵੇਰੇ ਛੋਟੇ ਛੋਟੇ ਬੱਚੇ ਜਾਂਦੇ ਨੇ ਰੋਡ ਪੂਰੀ ਖਰਾਬ ਹੈ ਪੂਰੀ ਖਰਾਬ ਹੈ ਇੰਨਾ ਬੁਰਾ ਹਾਲ ਹੋ ਰਿਹਾ 4 ਸਾਲ ਤੋਂ ਇਹੀ ਹਾਲ ਹੈ ਇੱਥੇ ਐਂਡ ਵੀ ਆਰ ਜਸਟ ਗੋਇੰਗ ਫਰੋਮ ਟ੍ਰਬਲ ਐਵਰੀ ਡੇ ਐਂਡ ਨਾਈਟ ਐਂਡ ਲੋਟ ਆਫ ਪੀਪਲ ਆਂਸਲ 116 'ਚ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਹੈ ਇਟ ਇਜ਼ ਅ ਰਿਕੁਐਸਟ ਚੀਫ ਮਿਨਿਸਟਰ ਸਾਹਿਬ ਨੂੰ ਭਗਵੰਤ ਮਾਨ ਜੋ ਇੱਥੇ ਦੇ ਆਈ ਥਿੰਕ ਕੁਲਵੰਤ ਸਿੰਘ ਜੀ ਨੇ ਜੋ MP ਨੇ ਕਿ ਇਸ ਰੋਡ ਦੇ ਬਾਰੇ ਵੀ ਦੇਖੋ ਕਿ ਅਦਰਵਾਈਜ਼ ਅਸੀਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਵਿੱਚ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਰੋਡ ਕਿੰਨੀ ਟੁੱਟੀ ਹੋਈ ਰੋਡ ਹੈ ਪੂਰਾ ਰੋਡ ਖੱਡਿਆਂ ਦੇ ਨਾਲ ਭਰਿਆ ਹੋਇਆ ਹੈ ਅਤੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਇਹ ਜੋ ਦੁਪਹਿਰ ਦਾ 1 ਵਜਿਆ ਹੋਇਆ 1 ਵਜੇ ਵੀ ਲੋਕਾਂ ਦਾ ਇਸ ਰੋਡ 'ਤੇ ਬਹੁਤ ਆਉਣਾ ਜਾਣਾ ਜੇਕਰ ਮੀਂਹ ਆ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਸ ਰੋਡ ਦਾ ਕੀ ਹਾਲ ਹੋਏਗਾ ਇਹ ਰੋਡ ਪਾਣੀ ਦੇ ਨਾਲ ਭਰ ਜਾਂਦਾ ਹੋਏਗਾ ਅਤੇ ਲੋਕਾਂ ਨੂੰ ਇੱਥੇ ਆਉਣ ਜਾਣ ਦੀ ਕਿੰਨੀ ਦਿੱਕਤ ਆਉਂਦੀ ਹੋਏਗੀ ਅਸੀਂ ਪਹੁੰਚ ਚੁੱਕੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਿਕ ਗੁਰਦੁਆਰੇ ਚੱਪੜ ਚਿੜੀ 'ਤੇ ਤੁਸੀਂ ਵੇਖ ਸਕਦੇ ਹੋ ਪਿੱਛੇ ਉਸਦੇ ਨਾਲ ਹੀ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਹਾਂ ਉੱਧਰ ਸਕੂਲ ਵੀ ਹੈ ਲੇਕਿਨ ਜੇਕਰ ਸੜਕ ਦੀ ਗੱਲ ਕਰੀਏ ਤਾਂ ਸੜਕ ਦਾ ਕੁਛ ਹਿੱਸਾ ਬਣਿਆ ਹੋਇਆ ਲੇਕਿਨ ਕੁਛ ਹਿੱਸਾ ਇੰਨਾ ਜ਼ਿਆਦਾ ਟੁੱਟਿਆ ਹੋਇਆ ਹੈ ਕਿ ਉੱਥੇ ਪੈਦਲ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੇਕਰ ਬਾਰਿਸ਼ ਆ ਜਾਵੇ ਤਾਂ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਸ ਰੋਡ ਦਾ ਕੀ ਹਾਲ ਹੋਏਗਾ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਰੋਡ ਟੁੱਟੀ ਹੋਈ ਹੈ ਗੁਰਦੁਆਰੇ ਨੂੰ ਆਉਂਦੀ ਹੈ ਵੇਖੋ ਜੀ ਮੈਡਮ ਜੀ ਇਹ ਜਿਹੜੀ ਰੋਡ ਆ ਤਕਰੀਬਨ ਹੀ ਇੱਥੇ ਘੇਰੇ ਘੇਰੇ ਜਿੰਨੀਆਂ ਰੋਡਾਂ ਨੇ ਸਾਰੀਆਂ ਬਰਬਾਦ ਹੋਈਆਂ ਨੇ ਜਦੋਂ ਮੀਂਹ ਪੈਂਦਾ ਹੈ ਉਦੋਂ ਤਾਂ ਕਈ ਵਿਦਿਆਰਥੀ ਇੱਥੇ ਸਾਡੇ ਕੋਲ ਆਣ ਕੇ ਖੜ੍ਹਦੇ ਨੇ ਮੋਟਰਸਾਈਕਲ ਸਾਈਕਲ ਵਗੈਰਾ ਲਾਉਂਦੇ ਨੇ ਉਹ ਦੱਸਦੇ ਨੇ ਕਿ ਸਹੀ ਮੀਂਹ ਪੈਣ ਦੇ ਨਾਤੇ 'ਤੇ ਲੰਘਿਆ ਨਹੀਂ ਗਿਆ ਬਾਬਾ ਜੀ ਅੱਜ ਹਾਂ ਛੁੱਟੀ ਕਰ ਦਿੱਤੀ ਸੀ ਤਾਂ ਬਹੁਤ ਹਾਲਾਤ ਜਿੰਨੇ ਵੀ ਰਸਤੇ ਨੇ ਸਾਰਿਆਂ ਦੇ ਮਾੜੇ ਆ ਜੀ ਜੇ ਉਹ ਬਾਹਰਲੇ ਪਾਸੇ ਜਾਵਾਂਗੇ ਬੁਰਜ ਵਾਲੇ ਫਤਿਹ ਬੁਰਜ ਵਾਲੇ ਪਾਸਾ ਉਹ ਵੀ ਬਹੁਤ ਰੋਡ ਮਾੜਾ ਹੈ ਜਿਹੜਾ ਇੱਧਰੋਂ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ ਪਰਾਂ ਸਕੂਲ ਆਉਂਦੇ ਨੇ ਹਸਪਤਾਲ ਆਉਂਦਾ ਅੱਗੇ ਜਾ ਕੇ ਮੇਨ ਰੋਡ 'ਤੇ ਲੋਕ ਆਉਂਦੇ ਨੇ ਬਹੁਤ ਪਰੇਸ਼ਾਨ ਹੁੰਦੇ ਆ ਅਸੀਂ ਤਾਂ ਸਰਕਾਰ ਨੂੰ ਇਹੋ ਬੇਨਤੀ ਕਰਾਂਗੇ ਜੀ ਤੁਸੀਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਆਪਣੀ ਪਾਰਟੀ ਦੀਆਂ ਖੁਸ਼ਹਾਲੀਆਂ ਰੱਖਣੀਆਂ ਨੇ ਅਤੇ ਸਾਡੀ ਮਦਦ ਕਰੋ ਸਾਰੇ ਰੋਡ ਬਣਾਓ ਅਸੀਂ ਆ ਗੁਰਦੁਆਰਾ
ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ, ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਡੇਰੇ ਦੇ ਇੱਥੋਂ ਦੇ ਸੇਵਾਦਾਰ ਹਾਂ। ਸਾਡੇ ਕੋਲ ਤਾਂ ਬਹੁਤ ਸੰਗਤਾਂ ਆਉਂਦੀਆਂ ਨੇ, ਹਰ ਕੋਈ ਇਹੀ ਆਣ ਕੇ ਬੈਠ ਕੇ ਗਰਮੀ ਵਿੱਚ ਪੱਖੇ ਥੱਲੇ ਬੈਠੇ ਹੁੰਦੇ ਹਾਂ ਅਸੀਂ ਇੱਥੇ ਬਰਾਂਡੇ 'ਚ, ਸਾਡੇ ਕੋਲ ਆਣ ਕੇ ਇਹੋ ਹੀ ਫਰਿਆਦ ਕਰਦੇ, ਬਾਬਾ ਜੀ ਤੁਸੀਂ ਬਣਾਓ, ਕਿਉਂਕਿ ਅੱਗੇ ਆਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਆਪਣੇ ਕੋਲੋਂ ਬਣਾਈ ਹੋਈ ਹੈ ਸੜਕ। ਤਾਂ ਜਿਹੜਾ ਕੋਈ ਇਹ ਸੋਚਦਾ ਵੀ ਕਾਰ ਸੇਵਾ ਵਾਲਿਆਂ ਨੇ ਰਸਤਾ ਬਣਾ ਦਿੱਤਾ ਹੈ, ਸਾਡੇ ਕੋਲ ਆੜ ਕੇ ਆਮ ਫਰਿਆਦੀ ਹੁੰਦੇ ਨੇ ਬੰਦੇ, ਬਾਬਾ ਜੀ ਤੁਸੀਂ ਬਣਾ ਦਿਓ। ਅਸੀਂ ਫਿਰ ਉਹਨਾਂ ਨੂੰ ਇਹ ਗੱਲ ਆਖ ਦਿੰਦੇ ਹਾਂ ਵੀ ਜੇ ਸਰਕਾਰ ਨਹੀਂ ਬਣਾਉਂਦੀ ਫਿਰ ਤਾਂ ਪਬਲਿਕ ਦਾ ਹੱਕ ਹੈ, ਜਦ ਵੋਟਾਂ ਸਰਕਾਰ ਨੇ ਲੈਣੀਆਂ ਹੈ, ਸਾਰੀ ਦੇਖਭਾਲ ਸਰਕਾਰ ਨੇ ਕਰਨੀ ਆ, ਅਤੇ ਸੰਤ ਸਮਾਜ ਤਾਂ ਇੱਕ ਸੇਵਾ ਵਾਸਤੇ ਹੁੰਦਾ ਹੈ ਮੈਡਮ ਜੀ, ਜੋ ਸੇਵਾ ਕਰ ਸਕੇ ਉਹ ਕਰਦੇ ਨੇ, ਜਿੱਦਾਂ ਆਨੰਦਪੁਰ ਸਾਹਿਬ ਕਾਰ ਸੇਵਾ ਵਾਲਿਆਂ ਨੇ ਬਣਵਾਈ ਹੈ। ਤਾਂ ਲੋਕ ਇਹ ਹੀ ਆਣ ਕੇ ਉਮੀਦ ਰੱਖਦੇ ਆ, ਸਰਕਾਰ ਕੋਲ ਨਹੀਂ ਉਮੀਦ ਰੱਖਦੇ, ਆਣ ਕੇ ਸੰਤ ਸਮਾਜ ਕੋਲ ਉਮੀਦ ਰੱਖਦੇ ਨੇ ਵੀ ਹੋ ਸਕਦਾ ਆ ਜੇ ਆਨੰਦਪੁਰ ਸਾਹਿਬ ਵਾਲੀ ਇਹਨਾਂ ਨੇ ਰੋਡ ਬਣਾਇਆ ਤਾਂ ਇਹ ਵੀ ਬਣਾ ਦੇਣ। ਬਹੁਤ ਪਰੇਸ਼ਾਨ ਲੋਕ ਹੁੰਦੇ ਨੇ। ਲਾਸਟ ਰੋਡ ਕਦੋਂ ਬਣਾਇਆ ਸੀਗਾ, ਕਦੋਂ ਤੋਂ ਦੇਖ ਰਹੇ ਤੁਸੀਂ ਇਹ ਟੁੱਟਿਆ ਹੋਇਆ ਰੋਡ? ਮੈਨੂੰ ਤਾਂ 2 ਸਾਲ ਹੋ ਗਏ ਜੀ ਇੱਥੇ ਆਇਆਂ ਨੂੰ ਡੇਰੇ 'ਤੇ। ਪਹਿਲਾਂ ਸਾਡਾ ਸਿੰਘ ਸੀ ਜਿਹੜਾ ਇੰਚਾਰਜ ਸੀ ਲੰਗਰ ਦਾ, ਬਾਬਾ ਜੀਤ ਸਿੰਘ, ਉਹ ਚੜ੍ਹਾਈ ਕਰ ਗਏ, ਉਹਨਾਂ ਦੀ ਜਗ੍ਹਾ 'ਤੇ ਦਾਸ ਨੂੰ ਲਿਆਂਦਾ। ਮੈਨੂੰ ਤਾਂ ਇੱਥੇ 2-2.5 ਸਾਲ ਹੋ ਗਿਆ ਜੀ ਵੇਂਦਿਆਂ, ਇਹ ਲੋਕ ਦੁਖੀ ਨੇ ਰਸਤੇ ਦੇ ਹੱਥੋਂ। ਇਹ ਜੀ ਇਤਿਹਾਸਿਕ ਸਥਾਨ ਆ, ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਸਰਹੰਦ ਫਤਿਹ ਕੀਤੀ, ਇਸ ਸਥਾਨ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਣ ਕੇ ਪਹੁੰਚਦੀ ਆ। ਚਲੋ ਅਸੀਂ ਬੇਨਤੀ ਕਰਦੇ ਹਾਂ, ਸਾਡਾ ਕਰਕੇ ਨਹੀਂ, ਜਿਹੜੀ ਬਾਹਰ ਦੀ ਸੰਗਤ ਆਉਂਦੀ ਆ, ਸਾਰੇ ਹਿੰਦੁਸਤਾਨ ਦੀ ਸੰਗਤ ਆਉਂਦੀ ਆ ਜਾਂ ਬਾਹਰ ਦੇ ਕੰਟਰੀਆਂ ਤੋਂ ਸੰਗਤ ਆਉਂਦੀ ਆ, ਉੱਥੇ ਜਾ ਕੇ ਸਾਡੀ ਸਰਕਾਰ ਨੂੰ ਧੱਫਾ ਲੱਗਦਾ ਹੈ, ਕਿਉਂਕਿ ਇੱਕ ਇਤਿਹਾਸਿਕ ਗੁਰਦੁਆਰਾ ਹੋਵੇ ਜਿਸ ਦੇ ਵਿੱਚ 24 ਘੰਟੇ ਸੰਗਤ ਨੇ ਆਉਣਾ ਹੋਵੇ, ਫਿਰ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀ ਆ ਉਹ ਵਹੀਕਲ ਕਰਕੇ ਲਿਆਉਂਦੀ, ਵਹੀਕਲ ਕਿਰਾਏ 'ਤੇ ਕਰਦੇ ਨੇ, ਟੈਕਸੀਆਂ ਕਰਕੇ ਆਉਂਦੇ ਨੇ, ਤਾਂ ਟੈਕਸੀਆਂ ਵਾਲੇ ਵੀ ਸਾਡੇ ਕੋਲ ਆਣ ਕੇ ਇੱਥੇ ਜੋ ਜਲ ਪਾਣੀ ਛਕਦੇ ਨੇ, ਸੰਗਤ ਅੱਗੇ ਮੱਥਾ ਟੇਕਣ ਚਲੇ ਜਾਂਦੀ ਆ, ਤਾਂ ਉਹ ਵੀ ਇਹ ਪਕਾਰ ਕਰਦੇ ਨੇ ਬਾਬਾ ਜੀ ਤੁਸੀਂ ਕਹਿ ਕੇ ਇਹਨੂੰ ਬਣਾਓ, ਇਹ ਗੁਰਦੁਆਰਾ ਸਾਹਿਬ ਨੂੰ ਆਉਂਦਾ ਰਸਤਾ। ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਨੇ ਭਾਈ ਜਲ ਪਾਣੀ ਛਕੋ, ਜਿਹੜੇ ਇਲਾਕੇ ਦੇ ਸਰਪੰਚ ਪੈਂਚ ਜਾਂ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰੋ ਜਾ ਕੇ, ਅਸੀਂ ਤਾਂ ਭਾਈ ਇੱਕ ਲੰਗਰ ਦੀ ਸੇਵਾ ਕਰਨ ਵਾਲੇ ਹਾਂ, ਇਹ ਤਾਂ ਕੰਮ ਸਰਕਾਰ ਦਾ ਹੈ, ਜੇ ਅਸੀਂ ਪ੍ਰਸ਼ਾਦਾ ਪਾਣੀ ਛਕਾਉਂਦੇ ਹਾਂ ਤਾਂ ਸੰਗਤ ਦੇ ਸਹਿਯੋਗ ਨਾਲ ਹੀ ਇਹ ਵੀ ਚੱਲ ਰਿਹਾ ਹੈ, ਇਹਦੀ ਗੁਰਦੁਆਰਾ ਸਾਹਿਬ ਦੀ ਕੋਈ ਪ੍ਰੋਪਰਟੀ ਨਹੀਂ। ਤਾਂ ਅਸੀਂ ਬੇਨਤੀ ਕਰ ਦਿੰਦੇ ਹਾਂ, ਵੇਖੋ ਜੀ ਇਹ ਸਰਕਾਰ 'ਤੇ ਗੱਲ ਮੁੱਕਣੀ ਆ, ਸਰਕਾਰ ਨੂੰ ਕਹੋ ਤਾਂ ਕਿ ਇੱਥੋਂ ਦੀ MLA ਸਾਹਿਬ ਜਾਂ ਸੈਂਟਰ ਕੋਈ ਗ੍ਰਾਂਟ ਦੇਵੇ ਤਾਂ ਕਿ ਇਹ ਜਿਹੜੀ ਸੜਕ ਆ ਇਹ ਮੁਕੰਮਲ ਹੋ ਸਕੇ ਅਤੇ ਸੰਗਤ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਨੂੰ ਆਉਂਦੀਆਂ ਨੇ, ਫਤਿਹ ਬੁਰਜ ਵੱਲ ਨੂੰ ਜਾਂਦੀਆਂ ਨੇ, ਤੁਹਾਡਾ ਕੀ ਕਹਿਣਾ ਉਹਨਾਂ ਸੜਕਾਂ ਬਾਰੇ, ਟੁੱਟੀਆਂ ਹੋਈਆਂ ਸੜਕਾਂ ਬਾਰੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੋ ਸਾਡਾ ਇਹ ਇਤਿਹਾਸਿਕ ਗੁਰਦੁਆਰਾ ਹੈ ਫਤਿਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਦਾ, ਇਹ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਉੱਥੇ ਬੁਰਜ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਦੇ, ਤੋਂ ਆ ਕੇ ਇਹੀ ਕਹਿੰਦੀਆਂ ਨੇ ਵੀ ਇੰਨਾ ਵੱਡਾ ਸਥਾਨ ਹੈ ਇਹ ਅਤੇ ਐਡਾ ਵੱਡਾ ਇਤਿਹਾਸ ਇਹਦਾ, ਪਰ ਇਹਨੂੰ ਰੋਡ ਕੋਈ ਨਹੀਂ ਹੈ, ਜਿਹੜੀ ਰੋਡ ਹੈਗੀ ਅਤੇ ਉਹ ਤਾਂ ਬਹੁਤ ਮਾੜਾ ਹਾਲ ਹੈ, ਜਾਂ ਕਿ ਨਾ ਸਕੂਟਰਾਂ ਵਾਲਿਆਂ ਦੇ ਇੰਨੇ ਕੁ, ਜਦੋਂ ਮੀਂਹ ਪੈਂਦਾ ਸਕੂਟਰਾਂ ਵਾਲਿਆਂ ਦੇ ਇੰਨੇ ਕੁ ਗਿਰਦੇ ਆ, ਉਹ ਗੱਡੀਆਂ ਵਾਲੇ ਖੱਡਿਆਂ ਦੇ ਵਿੱਚ ਵੱਜਦੇ ਆ, ਅਤੇ ਇੰਨਾ ਮੰਦਾ ਹਾਲ ਸ਼ਹਿਰ ਦੇ ਵਿੱਚ ਹੋ ਕੇ, ਪਿੰਡਾਂ ਦੇ ਵੀ ਰੋਡ ਕੁਛ ਠੀਕ ਹੈ, ਪਰ 5-6 ਸਾਲ ਤੋਂ ਇਸ ਰੋਡ ਦਾ ਕਿਸੇ ਨੇ ਕੁਛ ਨਹੀਂ ਕੀਤਾ, ਅਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਇਹ ਰੋਡਾਂ ਨੂੰ ਸੁਧਾਰ ਕੀਤਾ ਜਾਵੇ, ਮੋਹਾਲੀ ਸ਼ਹਿਰ ਦੀਆਂ ਇਹ ਰੋਡਾਂ ਨੇ, ਅਤੇ ਜਦੋਂ ਬਾਹਰੋਂ ਸੰਗਤਾਂ ਆਉਂਦੀਆਂ ਨੇ ਦੂਰ ਦੁਰਾਡੇ ਤੋਂ ਵੇਖ ਕੇ ਇਹੀ ਕਹਿੰਦੀਆਂ ਨੇ ਵੀ ਇਹ ਮੋਹਾਲੀ ਦਾ ਇਹ ਹਾਲ ਹੈ ਅਤੇ ਹੋਰਾਂ ਦਾ ਕੀ ਹੋਣਾ,
ਵੀ ਤਕਰੀਬਨ ਜਿਹੜੀ ਆਪਣਾ ਲੈਂਡਰ ਰੋਡ ਤੋਂ ਇਹ ਸੜਕ ਆਉਂਦੀ ਹੈ ਇਹਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ। ਅਤੇ ਜੋ ਆਪਣਾ ਬੁਰਜ ਨੂੰ ਰੋਡ ਦਿੱਤਾ ਗਿਆ ਉਹ ਜਦੋਂ ਬਣਾਇਆ ਗਿਆ ਸੀ ਉਦੋਂ ਦਾ ਬਣਿਆ, ਮੁੜ ਕੇ ਉੱਤੇ ਅੱਜ ਤੱਕ ਕਿਸੇ ਨੇ ਮਿੱਟੀ ਤੱਕ ਨਹੀਂ ਪਾਈ। ਜੇ ਪਿੱਛੇ 91 ਸੈਕਟਰ ਨੂੰ ਚਲਾ ਜਾਂਦਾ ਤਾਂ ਮੈਂ ਇਹੀ ਬੇਨਤੀ ਕਰਦਾ ਇੱਥੋਂ ਦੇ MLA ਨੂੰ ਅਤੇ ਕੌਂਸਲਰਾਂ ਨੂੰ ਵੀ ਇਹਨੂੰ ਜਲਦ ਤੋਂ ਜਲਦ ਇਹਨੂੰ ਧਿਆਨ 'ਚ ਲਿਆਂਦਾ ਵੇ ਅਤੇ ਰੋਡ ਠੀਕ ਕੀਤੇ ਜਾਣ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਫਤਿਹ ਬੁਰਜ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਹੁਣ 12 ਸਾਲ ਹੋ ਚੁੱਕੇ ਨੇ। 12 ਸਾਲਾਂ ਦੇ ਵਿੱਚ ਕਿਸੇ ਵੀ ਪ੍ਰਸ਼ਾਸਨ ਨੇ ਇਸ ਰੋਡ ਦੀ ਸਾਰ ਨਹੀਂ ਲਿੱਤੀ। ਤੁਸੀਂ ਇਸ ਰੋਡ ਦਾ ਹਾਲ ਦੇਖ ਸਕਦੇ ਹੋ, ਜੇਕਰ ਬਾਰਿਸ਼ ਹੋਏਗੀ ਤਾਂ ਇਹ ਰੋਡ ਬਾਰਿਸ਼ ਦੇ ਵਿੱਚ ਲੁਕ ਜਾਏਗਾ ਕਿਉਂਕਿ ਸਾਰੀ ਰੋਡ ਟੁੱਟੀ ਹੋਈ ਹੈ। ਕਿੰਨੀ ਕੁ ਵਾਰੀ ਆਉਂਦੇ ਹੋ ਤੁਸੀਂ ਇਸ ਰੋਡ ਤੇ ਦਿਨ ਦੇ ਵਿੱਚ? ਅਸੀਂ 3-4 ਵਾਰ ਆ ਜਾਂਦੇ ਹਾਂ ਜੀ ਇਸ ਰੋਡ ਤੇ। ਕਿੰਨੀ ਕੁ ਮੁਸ਼ਕਿਲ ਆਉਂਦੀ ਹੈ ਫਿਰ? ਬਹੁਤ ਮੁਸ਼ਕਿਲ ਆ ਰਹੀ ਹੈ ਮੈਡਮ। ਹਾਂਜੀ, ਜਦੋਂ ਮੀਂਹ ਆਉਂਦਾ ਹੈ ਤਾਂ ਸੜਕ ਦਾ ਕੀ ਹਾਲ ਹੁੰਦਾ? ਬਹੁਤ ਟੋਏ ਪਏ ਪਏ ਜੀ, ਦੇਖੋ ਤੁਸੀਂ ਆਪ ਲੱਕ-ਲੱਕ ਤਾਂ ਟੋਏ ਪਏ ਪਏ ਆ। ਬਹੁਤ ਮੁਸ਼ਕਿਲ ਆਉਂਦੀ ਹੈ ਜੀ, ਬੱਚਿਆਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਰੋਡ ਨੂੰ ਟੁੱਟੀ ਹੋਈ ਵੇਖਦਿਆਂ? ਤਾਂ ਕਾਫੀ ਟਾਈਮ ਹੋ ਗਿਆ ਜੀ, ਹੋ ਗਏ 2-3 ਸਾਲ ਜੀ ਇਹਨੂੰ, 8-10 ਸਾਲ ਹੋ ਗਏ ਬਣੇ ਨੂੰ। ਮੁੜ ਕੇ ਦੁਬਾਰਾ ਕਿਸੇ ਨੇ ਨਹੀਂ ਪੁੱਛਿਆ। ਇਹ ਰੋਡ ਦਾ ਬਹੁਤ ਬੁਰੀ ਹਾਲਤ ਆ, ਅਸੀਂ ਦਿਨ ਵਿੱਚ 5-6 ਵਾਰ ਲੰਘਦੇ ਇੱਧਰ ਨੂੰ, ਇਹਦੀ ਕੋਈ ਪੁੱਛ ਗਿੱਛ ਨਹੀਂ ਕਰਦਾ। ਗੱਡੀਆਂ ਕਾਰਾਂ ਇੱਥੇ ਜਿਹੜੀਆਂ ਨਿਕਲਦੀਆਂ ਬਹੁਤ ਫਸ ਜਾਂਦੀਆਂ ਸਾਰੀਆਂ। ਹਾਂਜੀ, ਅੱਗੋਂ ਸਾਰਾ ਰੋਡ ਟੁੱਟਿਆ? ਸਾਰਾ ਟੁੱਟਿਆ ਭਾਜੀ, ਇਹ ਸਾਰੀ ਜਿੰਨਾ ਰੋਡ ਬਣਿਆ ਸਾਰਾ ਟੁੱਟਿਆ ਹੋਇਆ। ਬਹੁਤ ਪਰੇਸ਼ਾਨੀ ਹੁੰਦੀ ਹੈ। ਮੀਂਹ ਦੇ ਵਿੱਚ ਕੀ ਹਾਲ ਹੁੰਦਾ? ਮੀਂਹ ਦਾ ਬਹੁਤ ਬੁਰਾ ਹਾਲ ਹੁੰਦਾ, ਹੁਣ ਤਾਂ ਲੰਘੋ ਜਾਂਦਾ ਮੀਂਹ ਵਿੱਚ ਲੰਘ ਨਹੀਂ ਹੁੰਦਾ। ਗੱਡੀਆਂ ਫਸ ਜਾਂਦੀਆਂ, ਕੋਈ ਕਾਰ ਫਸ ਜਾਂਦੀ, ਨਵਾਂ ਬੰਦਾ ਆ ਜਾਂਦਾ ਕਾਰ ਵਾਲਾ ਉਹ ਵੀ ਇੱਥੇ ਫਸ ਜਾਂਦਾ, ਇੱਥੇ ਘੁੰਮਣ ਆਉਂਦਾ ਸੀ ਬਾਹਰ, ਸਾਰੇ ਫਸ ਜਾਂਦੇ। ਬਹੁਤ ਬੁਰਾ ਹਾਲ ਹੁੰਦਾ। ਕਿਸੇ ਵੱਲੋਂ ਕੋਈ ਸਾਰ ਨਹੀਂ ਲਿੱਤੀ? ਕੋਈ ਕਿਸੇ ਵੱਲੋਂ ਕੋਈ ਪੁੱਛਦਾ ਨਹੀਂ ਜੀ, ਕੋਈ ਧਿਆਨ ਨਹੀਂ ਦੇ ਰਿਹਾ ਰੋਡ ਵੱਲ ਜੀ। ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ, ਅਸੀਂ ਆਉਂਦੇ ਜਾਂਦੇ ਹਾਂ, ਗੱਡੀਆਂ ਦਾ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਜੀ। ਬੰਦਾ ਖੱਡੇ ਐਡੇ ਵੱਡੇ ਵੱਡੇ ਆ ਜੀ, ਕਈ ਵਾਰ ਰਾਤ ਨੂੰ ਨਹੀਂ ਦੇਖਦਾ, ਆਹ ਵੱਡਾ ਹਾਦਸਾ ਵੀ ਹੋ ਸਕਦਾ ਜੀ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜੀ। ਤੁਸੀਂ ਵੇਖ ਸਕਦੇ ਹੋ ਇਸ ਰੋਡ ਦਾ ਕੀ ਹਾਲ ਹੈ, ਅੱਧੀ ਰੋਡ ਕਿੱਦਾਂ ਦੀ ਬਣੀ ਹੋਈ ਹੈ ਅਤੇ ਅੱਧੀ ਰੋਡ ਕਿਵੇਂ ਟੁੱਟੀ ਹੋਈ ਹੈ। ਅਸੀਂ ਤੁਹਾਨੂੰ ਪੂਰੀ ਫੁਟੇਜ ਇਸ ਰੋਡ ਦੀ ਦਿਖਾ ਰਹੇ ਹਾਂ ਕਿ ਇਹ ਰੋਡ ਕਿੱਦਾਂ ਦਾ ਬਣਿਆ ਹੋਇਆ। ਪ੍ਰਸ਼ਾਸਨ ਦੇ ਵੱਲੋਂ 12 ਸਾਲਾਂ ਦੇ ਵਿੱਚ ਇੱਕ ਵਾਰ ਵੀ ਸਾਰ ਨਹੀਂ ਲਈ ਗਈ। ਆ ਤੁਸੀਂ ਵੇਖ ਸਕਦੇ ਹੋ ਖੱਡੇ ਕਿੱਡੇ ਵੱਡੇ ਨੇ, ਇਸ ਵਿੱਚ ਜੇਕਰ ਬਾਰਿਸ਼ ਆਏਗੀ, ਬਾਰਿਸ਼ ਨਾਲ ਇਹ ਰੋਡ ਭਰੇਗੀ ਤਾਂ ਅਣਜਾਣ ਇਨਸਾਨ ਨੂੰ ਨਾ ਪਤਾ ਹੋਣ ਕਰਕੇ ਕਿ ਇੱਥੇ ਖੱਡਾ ਆ ਤਾਂ ਉਹ ਆਰਾਮ ਨਾਲ ਇਸ ਖੱਡੇ ਦੇ ਵਿੱਚ ਆਪਣੀ ਗੱਡੀ ਨੂੰ ਫਸਾ ਸਕਦਾ ਅਤੇ ਇੱਥੇ ਗੱਡੀਆਂ ਫਸਣ ਦਾ ਬਹੁਤ ਜ਼ਿਆਦਾ ਡਰ ਹੈ। ਆਉਂਦੇ ਜਾਂਦੇ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ, ਲੋਕਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਦਿਖਾ ਚੁੱਕੇ ਹਾਂ। ਲੋਕਾਂ ਨੇ ਕਿਹਾ ਹੈ ਕਿ ਇੱਥੇ 8-9 ਸਾਲਾਂ ਤੋਂ ਇਸ ਰੋਡ ਦੀ ਕਿਸੇ ਨੇ ਵੀ ਸਾਰ ਨਹੀਂ ਲਈ।
ਫਤਿਹ ਬੁਰਜ ਹੈ, ਇਹਦੇ ਵਾਲਾ ਜਿਹੜਾ ਰੋਡ ਹੈ ਇਹ ਗੁਰਦੁਆਰਾ ਸਾਹਿਬ ਵੱਲ ਦੀ ਜਾਂਦਾ ਹੈ, ਲੇਕਿਨ ਜਿਹੜਾ ਇਹ ਰੋਡ ਹੈ ਨਾ ਮਾਤਰ ਦੇ ਬਰਾਬਰ ਹੈ। ਕਈ ਲੋਕ ਗੁਰਦੁਆਰਾ ਸਾਹਿਬ ਤੋਂ ਇਸ ਸਾਈਡ ਵੀ ਆਉਂਦੇ ਨੇ, ਲੇਕਿਨ ਇਹ ਰੋਡ ਨਹੀਂ ਬਣਿਆ ਹੋਇਆ, ਇਹ ਨਾ ਮਾਤਰ ਦੇ ਬਰਾਬਰ ਬਣਿਆ ਹੋਇਆ। ਇਹ ਰੋਡ ਬਹੁਤ ਜ਼ਿਆਦਾ ਟੁੱਟਿਆ ਹੋਇਆ, ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਇਸ ਰੋਡ ਵੱਲ ਦੀ ਜਾਣ ਲਈ। ਤੁਸੀਂ ਵੇਖ ਸਕਦੇ ਇਸ ਰੋਡ ਦਾ ਕੀ ਹਾਲ ਹੈ। ਇਹ ਰੋਡ ਗੁਰਦੁਆਰਾ ਸਾਹਿਬ ਵੱਲ ਦੇ ਜਾਂਦਾ ਹੈ ਅਤੇ ਕੁਛ ਸੰਗਤਾਂ ਇਸੇ ਰੋਡ ਤੋਂ ਫਤਿਹ ਬੁਰਜ ਵੱਲ ਨੂੰ ਵੀ ਜਾਂਦੀਆਂ ਨੇ, ਲੇਕਿਨ ਇਸ ਰੋਡ ਦਾ ਨਾ ਮਾਤਰ ਬਰਾਬਰ ਰੋਡ ਬਣਾਇਆ ਗਿਆ। ਇਸ ਰੋਡ ਵੱਲ ਕਿਸੇ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦੇ ਹਾਂ ਕਿ ਇਸ ਰੋਡ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਇਸ ਰੋਡ ਨੂੰ ਵੀ ਇੱਕ ਸ਼ਾਨਦਾਰ ਰੋਡ ਬਣਾਇਆ ਜਾਵੇ ਤਾਂ ਕਿ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਤੋਂ ਫਤਿਹ ਬੁਰਜ ਅਤੇ ਫਤਿਹ ਬੁਰਜ ਸਾਹਿਬ ਤੋਂ ਗੁਰਦੁਆਰੇ ਜਾਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਬੁਰਜ ਦੇ ਮੇਨ ਗੇਟ 'ਤੇ ਇਸ ਮੇਨ ਗੇਟ ਦਾ ਜਿਹੜਾ ਰੋਡ ਬਣਿਆ ਹੋਇਆ ਉਹ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦਾ ਸ਼ਾਨਦਾਰ ਪ੍ਰਸ਼ਾਸਨ ਦੇ ਵੱਲੋਂ ਬਣਾਇਆ ਗਿਆ ਸੀ। ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਸ਼ਾਨਦਾਰ ਰੋਡ ਬਣਾਇਆ, ਲੇਕਿਨ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਜਿਹੜਾ ਬੈਕ ਸਾਈਡ ਇਹਨਾਂ ਦਾ ਗੇਟ ਹੈ ਉੱਥੇ ਰੋਡ ਆਉਂਦਾ ਜਿਹੜਾ ਮੋਹਾਲੀ ਵੱਲੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਉਸ ਰੋਡ 'ਤੇ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ। ਅਸੀਂ ਗੁਹਾਰ ਲਗਾਉਂਦੇ ਹਾਂ ਪ੍ਰਸ਼ਾਸਨ ਨੂੰ ਕਿ ਉਸ ਰੋਡ ਵੱਲ ਵੀ ਧਿਆਨ ਦਿੱਤਾ ਜਾਵੇ, ਉਸਦੀ ਵੀ ਸਾਰ ਲਿੱਤੀ ਜਾਵੇ ਤਾਂ ਕਿ ਮੋਹਾਲੀ ਵੱਲ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਾ ਆਵੇ। ਤੁਹਾਡੀ ਇਸ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜੇਕਰ ਤੁਹਾਡੇ ਕਿਸੇ ਵੀ ਮੁਹੱਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਨੀਚੇ ਦਿੱਤੇ ਗਏ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਨੂੰ ਤੇ ਕੈਮਰਾਮੈਨ ਵਿੰਦਰ ਨੂੰ ਜਾਣ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਪੰਜ ਜ਼ਰਿਆ ਨਿਊਜ਼।